ਸਤਿ ਸ਼੍ਰੀ ਅਕਾਲ ਕਿਸਾਨ ਭਰਾਵੋ, ਅੱਜ ਆਪਾਂ ਪਹੁੰਚਿਆ ਜੀ ਮੋਗਾ ਟਰੈਕਟਰ ਮੰਡੀ 'ਤੇ, ਅਤੇ ਕਰਦੇ ਹਾਂ ਆਪਾਂ ਤੁਹਾਡੇ ਨਾਲ ਟਰੈਕਟਰਾਂ ਦੇ ਰੇਟ ਸਾਂਝੇ। ਅਤੇ ਜੇਕਰ ਤੁਸੀਂ ਸਾਡੇ ਚੈਨਲ 'ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਅਤੇ ਘੰਟੀ ਦਾ ਬਟਨ ਦਬਾ ਦਿਓ। ਆਉਣ ਵਾਲੀ ਮੰਡੀ ਦੀ ਕੋਈ ਵੀ ਅਸੀਂ ਵੀਡੀਓ ਪਾਈਏ ਤਾਂ ਉਹਦਾ ਨੋਟੀਫਿਕੇਸ਼ਨ ਸਾਰਿਆਂ ਨਾਲੋਂ ਪਹਿਲਾਂ ਤੁਹਾਡੇ ਕੋਲ ਪਹੁੰਚੇ। ਚਲੋ ਬਾਈ ਜੀ, ਆਪਾਂ ਤੁਹਾਡੇ ਨਾਲ ਕਰਦੇ ਹਾਂ ਟਰੈਕਟਰਾਂ ਦੇ ਰੇਟ ਸਾਂਝੇ ਮੋਗਾ ਟਰੈਕਟਰ ਮੰਡੀ ਦੇ। ਜਿਹੜੇ ਵੀ ਮਾਡਲ ਆ, ਜੋ ਵੀ ਰੇਟ ਆ, ਪਹਿਲਾ ਟਰੈਕਟਰ ਆ ਗਿਆ ਜੀ ਆਪਣਾ ਮਹਿੰਦਰਾ 265, ਅਪੋਲੋ ਕੰਪਨੀ ਦੇ ਟਾਇਰ ਆ ਜੀ 12x28 ਦੇ, ਬਿਲਕੁਲ ਸਾਫ਼ ਸੁਥਰੇ। ਫਰੰਟ ਵਾਲੇ ਹੈਗੇ ਜੇ ਕੇ ਦੇ, ਵੀ ਬਿਲਕੁਲ ਸਾਫ਼ ਸੁਥਰੇ ਆ ਜੀ। ਟਰੈਕਟਰ ਵੀ ਬਾਕੀ ਪੂਰਾ ਓਕੇ ਆ। ਮਾਡਲ ਹੈਗਾ ਜੀ 93, ਰੇਟ ਹੈਗਾ ਜੀ 1,50,000 ਰੁਪਈਆ ਜੀ। ਦੋਨੋਂ ਪਾਸੇ ਟਰੈਕਟਰਾਂ ਦੀ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ। ਅਗਲਾ ਟਰੈਕਟਰ ਆ ਗਿਆ ਜੀ ਮੈਸੀ 241, ਬੈਕ ਸਾਈਡ ਵਾਲੇ ਟਾਇਰ ਬਿਲਕੁਲ ਓਕੇ ਆ ਜੀ, 13x6x28 ਦੇ, ਸਾਫ਼ ਸੁਥਰੀ ਕੰਡੀਸ਼ਨ ਦਾ ਟਰੈਕਟਰ ਆ ਜੀ। 2000 ਮਾਡਲ ਆ ਪੂਰਾ, 2,25,000 ਰੁਪਈਆ ਡਿਮਾਂਡ ਆ ਜੀ ਇਸਦੀ। ਉਸ ਤੋਂ ਅਗਲਾ ਟਰੈਕਟਰ ਆ ਗਿਆ ਜੀ ਅਰਜਨ, ਬੈਕ ਸਾਈਡ ਵਾਲੇ ਟਾਇਰ BKT ਦੇ, 16x928 ਆ ਜੀ ਸਾਈਜ਼। ਫਰੰਟ ਵਾਲੇ ਵੀ 4x4 ਵਾਲੇ ਪਾਏ ਆ ਜੀ। 2011 ਮਾਡਲ ਆ, 4,15,000 ਰੁਪਈਆ ਡਿਮਾਂਡ ਆ ਜੀ ਟਰੈਕਟਰ ਦੀ, ਪੰਜਾਬ ਨੰਬਰ ਟਰੈਕਟਰ ਆ ਜੀ। ਅਗਲਾ ਟਰੈਕਟਰ ਆ ਗਿਆ ਜੀ ਸੋਨਾਲੀਕਾ DI 35 ਦਾ, ਟਾਇਰਾਂ ਦੀ ਕੰਡੀਸ਼ਨ ਸਾਫ਼ ਸੁਥਰੀ ਆ ਜੀ ਚਾਰਾਂ ਦੀ। ਗੁਡੀਅਰ ਕੰਪਨੀ ਦੇ ਟਾਇਰ ਆ ਜੀ 12x28 ਦੇ, 2009 ਮਾਡਲ ਆ, 1,85,000 ਰੁਪਈਆ ਰੇਟ ਆ ਜੀ ਇਹਦਾ, ਪੰਜਾਬ ਨੰਬਰ ਹੀ ਆ ਜੀ PB66। ਅਗਲਾ ਟਰੈਕਟਰ ਆ ਗਿਆ ਜੀ ਜੌਂਡੀਅਰ, ਚਾਰੇ ਟਾਇਰ ਬਿਲਕੁਲ ਓਕੇ ਜੀ ਨਵੀਂ ਕੰਡੀਸ਼ਨ ਦੇ ਵਿੱਚ, ਅਤੇ ਟਰੈਕਟਰ ਵੀ ਬਹੁਤ ਹੀ ਸਾਫ਼ ਸੁਥਰਾ 19 ਮਾਡਲ ਆ, 7,45,000 ਰੁਪਈਆ ਰੇਟ ਆ ਜੀ ਇਹਦਾ, ਓਕੇ ਕੰਡੀਸ਼ਨ ਦੇ ਵਿੱਚ ਟਰੈਕਟਰ ਆ ਜੀ। ਮਹਿੰਦਰਾ ਆ ਗਿਆ ਜੀ 275, 2001 ਮਾਡਲ ਆ, 2,35,000 ਰੁਪਈਆ ਰੇਟ ਆ ਜੀ ਇਹਦਾ, ਸਾਫ਼ ਸੁਥਰੀ ਕੰਡੀਸ਼ਨ ਦਾ ਟਰੈਕਟਰ ਆ ਜੀ। ਚਾਰੇ ਟਾਇਰ ਬਿਲਕੁਲ ਓਕੇ ਸਾਫ਼ ਸੁਥਰੇ, 12x28 ਸਾਈਜ਼ ਆ। ਸਵਰਾਜ ਆ ਗਿਆ ਜੀ 855, 2019 ਮਾਡਲ ਆ, 6,35,000 ਰੁਪਈਆ ਡਿਮਾਂਡ ਆ ਜੀ। ਚਾਰੇ ਟਾਇਰ ਬਿਲਕੁਲ ਓਕੇ ਸਾਫ਼ ਸੁਥਰੇ ਆ ਜੀ। ਟਾਇਰਾਂ ਦਾ ਸਾਈਜ਼ ਹੈਗਾ ਜੀ 16x928 ਅਤੇ MRF ਦੇ ਟਾਇਰ ਆ ਜੀ ਬੈਕ ਸਾਈਡ ਵਾਲੇ। ਪੈਂਚਰ ਆ ਗਿਆ ਜੀ 485, 14x928 ਟਾਇਰਾਂ ਦਾ ਸਾਈਜ਼ ਆ ਜੀ। JK ਕੰਪਨੀ ਦੇ ਟਾਇਰ ਆ ਬਿਲਕੁਲ ਸਾਫ਼ ਸੁਥਰੇ, ਫਰੰਟ ਵਾਲੇ ਵੀ JK ਦੇ ਬਿਲਕੁਲ ਸਾਫ਼ ਸੁਥਰੇ। 12 ਮਾਡਲ ਆ ਜੀ, 3,25,000 ਰੁਪਈਆ ਡਿਮਾਂਡ ਆ ਜੀ ਟਰੈਕਟਰ ਦੀ, ਬਾਕੀ ਓਕੇ ਕੰਡੀਸ਼ਨ ਦਾ ਟਰੈਕਟਰ ਪਿਆ ਜੀ। ਸੋਨਾਲੀਕਾ ਆ ਗਿਆ ਜੀ 2003 ਮਾਡਲ ਆ, 2,00,000 ਪੂਰੀ ਡਿਮਾਂਡ ਆ ਜੀ ਵੀਰ ਦੀ। ਫਰੰਟ ਵਾਲੇ ਟਾਇਰ ਹੈਗੇ ਆ ਜੀ VK ਕੰਪਨੀ ਦੇ ਜੀ, ਬੈਕ ਸਾਈਡ ਵਾਲੇ ਟਾਇਰ ਵੀ ਕਸੇ ਹੋਏ ਆ, 14x928 ਸਾਈਜ਼ ਆ ਜੀ। ਬਾਕੀ ਤੁਸੀਂ ਕੰਡੀਸ਼ਨ ਦੇ ਵਿੱਚ ਵੇਖ ਸਕਦੇ ਹਾਂ ਜੀ ਟਰੈਕਟਰ। ਅਗਲਾ ਟਰੈਕਟਰ ਆ ਗਿਆ ਜੀ 65 ਮਾਡਲ ਆ ਜੀ, 1,38,000 ਰੁਪਈਆ ਡਿਮਾਂਡ ਆ। ਚਾਰੇ ਟਾਇਰ ਅਵੇਲੇਬਲ ਓਕੇ ਆ ਜੀ ਮੈਸੀ। ਉਸ ਤੋਂ ਅਗਲਾ ਟਰੈਕਟਰ ਆ ਗਿਆ ਜੀ ਸਵਰਾਜ, 2011 ਮਾਡਲ ਆ, 3,85,000 ਰੁਪਈਆ ਡਿਮਾਂਡ ਆ ਜੀ ਟਰੈਕਟਰ ਦੀ। ਫਰੰਟ ਵਾਲੇ ਟਾਇਰ ਬਿਲਕੁਲ ਨਵੀਂ ਕੰਡੀਸ਼ਨ ਦੇ ਵਿੱਚ ਆ ਜੀ, ਅਤੇ ਬੈਕ ਸਾਈਡ ਵਾਲੇ ਟਾਇਰ ਹੈਗੇ ਆ ਜੀ 30-40 ਕੁ ਪੈਸੇ, ਅਪੋਲੋ ਕੰਪਨੀ ਦੇ ਟਾਇਰ ਆ, 14x928 ਸਾਈਜ਼ ਆ ਜੀ ਟਾਇਰਾਂ ਦਾ। 11 ਮਾਡਲ, 3,85,000 ਰੁਪਈਆ ਡਿਮਾਂਡ ਆ ਜੀ ਟਰੈਕਟਰ।
ਹਾਂਜੀ ਦੋਸਤੋ, ਅਗਲਾ ਟਰੈਕਟਰ ਆ ਗਿਆ ਜੀ ਸਵਰਾਜ 744 FE। ਟਾਇਰਾਂ ਦੀ ਗੱਲ ਕਰੀਏ ਤਾਂ ਸਾਫ ਸੁਥਰੇ ਪਏ ਆ ਜੀ। ਬੈਕ ਸਾਈਡ ਵਾਲੇ 1428 ਸਾਈਜ਼ ਆ ਜੀ ਟਾਇਰਾਂ ਦਾ। ਬਾਕੀ ਵਧੀਆ ਕੰਡੀਸ਼ਨ ਦਾ ਟਰੈਕਟਰ ਆ ਜੀ। ਰਿਮ ਰੁੰਮ ਰੰਗ ਨਹੀਂ ਹੋਏ, ਵਧੀਆ ਪਏ ਆ ਰਿਮ। ਅਤੇ ਇਹ ਹੈਗਾ ਜੀ ਮਾਡਲ 2004 ਆ ਜੀ। 2,30,000 ਰੁਪਈਆ ਡਿਮਾਂਡ ਆ ਜੀ ਬਾਈ ਦੀ। ਬਾਕੀ ਟਰੈਕਟਰ ਓਕੇ ਪਿਆ ਜੀ, ਕੰਡੀਸ਼ਨ ਤੁਸੀਂ ਵੀਡੀਓ ਦੇ ਵਿੱਚ ਚੈੱਕ ਕਰ ਸਕਦੇ ਆ ਜੀ। ਅਗਲਾ ਹੈਗਾ ਜੀ ਮਹਿੰਦਰਾ 575 DI। ਟਾਇਰਾਂ ਦੀ ਕੰਡੀਸ਼ਨ ਵੀ ਬਿਲਕੁਲ ਓਕੇ ਆ ਜੀ, ਸਾਫ ਸੁਥਰੇ ਟਾਇਰ ਆ ਜੀ। 50 ਨੰਬਰ ਆ, 96 ਮਾਡਲ ਆ, 1,75,000 ਰੁਪਈਆ ਰੇਟ ਆ ਜੀ ਟਰੈਕਟਰ ਦਾ। ਬਾਕੀ ਓਕੇ ਕੰਡੀਸ਼ਨ ਦਾ ਟਰੈਕਟਰ ਆ ਜੀ। ਨਵੇਂ ਜੈਨ ਜੂਨ ਪਾਏ ਆ ਬਾਈ ਦੇ, ਅਤੇ ਕੰਮ ਕੁੰਮ ਜੀ ਪੂਰਾ ਪਿਛਲੇ ਹਿੱਸੇ ਦਾ, ਅਤੇ ਫਰੰਟ ਪੂਰਾ ਮਲੈਲ ਮਲੂਲ ਬਦਲਿਆ ਜੀ ਬਾਈ ਤੋਂ ਪੁੱਛਿਆ ਜੀ ਅਸੀਂ। ਅਤੇ ਅਗਲਾ ਟਰੈਕਟਰ ਆ ਗਿਆ ਜੀ ਸਵਰਾਜ 855, ਇਹ ਵੀ ਸਾਫ ਸੁਥਰਾ ਜੀ ਟਰੈਕਟਰ ਜੀ। 90 ਮਾਡਲ ਆ ਜੀ, ਅਤੇ 1,50,000 ਰੁਪਈਆ ਡਿਮਾਂਡ ਆ ਜੀ ਟਰੈਕਟਰ ਦੇ ਮਾਲਕ ਦੀ। ਬਾਕੀ ਤੁਸੀਂ ਵੀਡੀਓ ਦੇ ਵਿੱਚ ਚੈੱਕ ਕਰ ਸਕਦੇ ਹਾਂ ਟਰੈਕਟਰ ਦੀ ਹਾਲਤ। ਅਗਲਾ ਟਰੈਕਟਰ ਆ ਗਿਆ ਜੀ ਫਾਰਮ 60, 4 ਟਾਇਰ ਬਿਲਕੁਲ ਨਵੀਂ ਕੰਡੀਸ਼ਨ ਦੇ ਵਿੱਚ ਹੀ ਪਏ ਆ ਜੀ, ਸਾਫ ਸੁਥਰੇ। 2013 ਮਾਡਲ ਆ ਜੀ, 3,85,000 ਰੁਪਈਆ ਡਿਮਾਂਡ ਆ। ਬੈਕ ਸਾਈਡ ਵਾਲੇ ਟਾਇਰ ਤਾਂ ਬਿਲਕੁਲ ਨਵੇਂ ਹੀ ਪਏ ਆ ਜੀ, ਗੁਡੀਅਰ ਕੰਪਨੀ ਦੇ ਟਾਇਰ ਆ ਜੀ। ਬਾਕੀ ਤੁਸੀਂ ਵੀਡੀਓ ਦੇ ਵਿੱਚ ਚੈੱਕ ਕਰ ਸਕਦੇ ਹੋ। ਮਹਿੰਦਰਾ ਆ ਗਿਆ ਜੀ 475 DI, ਸਾਫ ਸੁਥਰੀ ਕੰਡੀਸ਼ਨ ਦੇ ਟਰੈਕਟਰ ਆ ਜੀ। ਇਹ ਵੀ ਬਿਲਕੁਲ ਓਕੇ ਕੰਡੀਸ਼ਨ ਦੇ ਵਿੱਚ ਟਾਇਰ ਪਏ ਆ ਜੀ ਇਹਦੇ, ਅਤੇ ਟਾਇਰ ਵੀ ਰੇਡੀਅਲ ਟਾਇਰਾਂ ਦੇ ਵਿੱਚ ਆ ਜੀ। ਅਤੇ ਇਹ ਹੈਗਾ ਜੀ ਮਾਡਲ ਹੈਗਾ ਜੀ 98, 1,88,000 ਰੁਪਈਆ ਡਿਮਾਂਡ ਆ ਜੀ ਮਾਲਕ ਦੀ। ਅਤੇ ਅਗਲਾ ਟਰੈਕਟਰ ਹੈਗਾ ਜੀ ਮਹਿੰਦਰਾ 275 BE, ਇਹ ਹੈਗਾ ਜੀ 93 ਮਾਡਲ ਆ ਜੀ, 1,25,000 ਰੁਪਈਆ ਡਿਮਾਂਡ ਆ ਜੀ। ਟਾਇਰਾਂ ਦੀ ਕੰਡੀਸ਼ਨ ਤੁਸੀਂ ਵੀਡੀਓ ਦੇ ਵਿੱਚ ਚੈੱਕ ਕਰ ਸਕਦੇ ਹੋ ਜੀ। ਅਗਲਾ ਟਰੈਕਟਰ ਆ ਗਿਆ ਜੀ ਸਵਰਾਜ 855, ਬੈਕ ਸਾਈਡ ਵਾਲੇ JK Sona ਦੇ ਬਿਲਕੁਲ ਨਵੀਂ ਕੰਡੀਸ਼ਨ ਦੇ ਵਿੱਚ ਟਾਇਰ ਹੈ ਜੀ, ਫਰੰਟ ਵਾਲੇ ਵੀ ਬਿਲਕੁਲ ਸਾਫ ਸੁਥਰੇ ਪਏ ਆ ਜੀ। ਅਤੇ ਇਹ ਹੈਗਾ ਜੀ 12 ਮਾਡਲ ਆ, 3,85,000 ਰੁਪਈਆ ਡਿਮਾਂਡ ਆ ਜੀ। ਬਾਕੀ ਟਰੈਕਟਰ ਵੀ ਸਾਫ ਸੁਥਰਾ ਜੀ, ਓਕੇ ਕੰਡੀਸ਼ਨ ਦਾ ਟਰੈਕਟਰ ਹੈ। ਮਹਿੰਦਰਾ ਆ ਗਿਆ ਜੀ 575 BE, ਇਹ ਵੀ ਸਾਫ ਸੁਥਰੀ ਕੰਡੀਸ਼ਨ ਦਾ ਟਰੈਕਟਰ ਹੈ ਜੀ। 97 ਮਾਡਲ ਆ ਜੀ, 1,85,000 ਰੁਪਈਆ ਡਿਮਾਂਡ ਆ ਜੀ ਟਰੈਕਟਰ ਦੀ। ਬਾਕੀ ਤੁਸੀਂ ਵੀਡੀਓ ਦੇ ਵਿੱਚ ਚੈੱਕ ਕਰ ਸਕਦੇ ਹੋ ਟਰੈਕਟਰ ਦੀ ਕੰਡੀਸ਼ਨ। ਅਗਲਾ ਟਰੈਕਟਰ ਆ ਗਿਆ ਜੀ ਸੋਨਾਲੀਕਾ 2008 ਮਾਡਲ ਆ, 2,60,000 ਰੁਪਈਆ ਡਿਮਾਂਡ ਆ ਸੋਨਾਲੀਕਾ 745 ਦਾ। ਗੁਡੀਅਰ ਕੰਪਨੀ ਦੇ ਟਾਇਰ ਆ ਜੀ, ਅਤੇ ਟਰੈਕਟਰ ਵੀ ਸਾਫ ਸੁਥਰਾ, ਸਾਈਡ ਗੇਅਰ ਆ ਜੀ। ਬਾਕੀ ਤੁਸੀਂ ਵੀਡੀਓ ਦੇ ਵਿੱਚ ਚੈੱਕ ਕਰ ਸਕਦੇ ਹੋ ਟਰੈਕਟਰ ਦੀ ਕੰਡੀਸ਼ਨ। ਉਸ ਤੋਂ ਅਗਲਾ ਟਰੈਕਟਰ ਆ ਗਿਆ ਜੀ ਮਹਿੰਦਰਾ 265 DI, ਇਹ ਹੈਗਾ ਜੀ 92 ਮਾਡਲ ਆ, 1,30,000 ਰੁਪਈਆ ਡਿਮਾਂਡ ਆ ਜੀ। ਬਾਕੀ ਤੁਸੀਂ ਵੀਡੀਓ ਦੇ ਵਿੱਚ ਚੈੱਕ ਕਰ ਸਕਦੇ ਹੋ ਟਰੈਕਟਰ ਦੀ ਕੰਡੀਸ਼ਨ। ਉਸ ਤੋਂ ਅਗਲਾ ਟਰੈਕਟਰ ਆ ਗਿਆ ਜੀ ਸਵਰਾਜ 855, ਇਹ ਵੀ ਸਾਫ ਸੁਥਰੀ ਕੰਡੀਸ਼ਨ ਦਾ ਟਰੈਕਟਰ ਆ ਜੀ, 2000 ਮਾਡਲ ਆ ਜੀ ਪੂਰਾ, ਅਤੇ 2,20,000 ਰੁਪਈਆ ਡਿਮਾਂਡ ਆ ਜੀ। ਚਾਰੇ ਟਾਇਰ ਬਿਲਕੁਲ ਸਾਫ ਸੁਥਰੇ ਆ ਜੀ, JK ਕੰਪਨੀ ਦੇ ਟਾਇਰ ਆ ਜੀ, JK Sona 2001 ਟਾਇਰਾਂ 'ਤੇ ਲਿਖਿਆ ਜੀ। ਉਸ ਤੋਂ ਅਗਲਾ ਟਰੈਕਟਰ ਆ ਗਿਆ ਜੀ ਫਾਰਮ 60, ਫਰੰਟ ਟਾਇਰ ਬਿਲਕੁਲ ਨਵੇਂ ਆ ਜੀ,
ਫੀਐਟ ਕੰਪਨੀ ਦੇ ਬੈਕ ਸਾਈਡ ਵਾਲੇ ਐਮ ਆਰ ਐਫ ਦੇ ਜੀ ਟਾਇਰਾਂ ਦਾ ਸਾਈਜ਼ ਹੈਗਾ 14-9-28 ਸਾਈਜ਼ ਆ ਟਾਇਰਾਂ ਦਾ। ਬਾਕੀ ਬਿਲਕੁਲ ਸਾਫ਼ ਸੁਥਰੀ ਕੰਡੀਸ਼ਨ ਦਾ ਟਰੈਕਟਰ ਹੈ ਜੀ। 2004 ਮਾਡਲ ਆ, 2,50,000 ਰੁਪਈਆ ਡਿਮਾਂਡ ਆ ਟਰੈਕਟਰ ਦੇ ਮਾਲਕ ਦੀ। ਅਗਲਾ ਟਰੈਕਟਰ ਆ ਗਿਆ ਜੀ, ਦੇਖਦੇ ਹਾਂ ਨਾ, 25-11। ਹਾਂਜੀ ਦੋਸਤੋ, 25-11 ਟਰੈਕਟਰ ਆ ਗਿਆ ਜੀ ਅਗਲਾ। ਸਾਫ਼ ਸੁਥਰੀ ਕੰਡੀਸ਼ਨ ਦਾ ਟਰੈਕਟਰ ਜੀ, ਟਾਇਰ ਵੀ ਕਾਫੀ ਹੱਦ ਤੱਕ ਵਧੀਆ ਪਏ ਆ, 12-4-28 ਸਾਈਜ਼ ਆ ਟਾਇਰਾਂ ਦਾ। ਇਹ ਹੈਗਾ ਜੀ 90 ਮਾਡਲ, 1,05,000 ਰੁਪਈਆ ਡਿਮਾਂਡ ਆ ਟਰੈਕਟਰ ਦੇ ਮਾਲਕ ਦੀ। ਉਸ ਤੋਂ ਅਗਲਾ ਟਰੈਕਟਰ ਆ ਗਿਆ ਜੀ ਅਰਜਨ, ਬੈਕ ਸਾਈਡ ਵਾਲੇ ਟਾਇਰ ਬਿਲਕੁਲ ਸਾਫ਼ ਸੁਥਰੇ ਅਤੇ ਨਵੀਂ ਕੰਡੀਸ਼ਨ ਦੇ ਵਿੱਚ ਹੈ ਜੀ। ਫਰੰਟ ਵਾਲੇ ਵੀ ਕਾਫੀ ਹੱਦ ਤੱਕ ਸਾਫ਼ ਸੁਥਰੇ ਜੀ। 7 ਮਾਡਲ ਆ, 3,65,000 ਰੁਪਈਆ ਡਿਮਾਂਡ ਹੈ ਜੀ। ਐੱਮ ਆਰ ਐੱਫ ਦੇ ਟਾਇਰ ਆ ਬੈਕ ਸਾਈਡ ਵਾਲੇ, 16-9-28 ਸਾਈਜ਼ ਹੈ ਜੀ ਟਾਇਰਾਂ ਦਾ। ਅਤੇ ਬਾਕੀ ਓਕੇ ਕੰਡੀਸ਼ਨ ਦਾ ਟਰੈਕਟਰ ਹੈ ਜੀ, ਸਾਫ਼ ਸੁਥਰਾ। ਹਾਂਜੀ ਦੋਸਤੋ, ਅਗਲਾ ਟਰੈਕਟਰ ਆ ਗਿਆ ਜੀ 9-11, ਅਪੋਲੋ ਕੰਪਨੀ ਦੇ ਟਾਇਰ ਹੈ ਜੀ, 16-9-28 ਸਾਈਜ਼ ਹੈ ਜੀ। ਬਿਲਕੁਲ ਨਵੀਂ ਕੰਡੀਸ਼ਨ ਦੇ ਵਿੱਚ ਟਾਇਰ ਪਏ ਆ ਜੀ, ਚਾਰੇ ਅਪੋਲੋ ਕੰਪਨੀ ਦੇ ਆ ਜੀ। ਬਾਕੀ ਟਰੈਕਟਰ ਵੀ ਸਾਫ਼ ਸੁਥਰਾ ਜੀ, ਓਕੇ ਕੰਡੀਸ਼ਨ ਦਾ ਟਰੈਕਟਰ ਹੈ ਜੀ। ਇਹ ਵੀ 99 ਮਾਡਲ ਆ, 2,58,000 ਰੁਪਈਆ ਡਿਮਾਂਡ ਆ ਮਾਲਕ ਦੀ। ਬਾਕੀ ਟਰੈਕਟਰ ਪੂਰਾ ਸਾਫ਼ ਸੁਥਰਾ ਜੀ। ਪੰਪ ਦੀ ਹੋ ਸਕਦਾ ਚੇਂਜਿੰਗ ਆ, ਮੇਰੇ ਹਿਸਾਬ ਨਾਲ ਸੋਨਾ ਲੇਖਾ ਦਾ ਪੰਪ ਲੱਗਿਆ ਹੋਇਆ। ਅਗਲਾ ਟਰੈਕਟਰ ਆ ਗਿਆ ਜੀ ਪ੍ਰੀਤ, ਇਹ ਹੈਗਾ ਜੀ 65-59 ਸਾਈਡ ਗੇਅਰ ਹੈ ਜੀ, ਸਾਫ਼ ਸੁਥਰੀ ਕੰਡੀਸ਼ਨ ਦਾ ਟਰੈਕਟਰ ਹੈ ਜੀ। ਗੁਡੀਅਰ ਕੰਪਨੀ ਦੇ ਟਾਇਰ ਆ, 16-9-28 ਸਾਈਜ਼ ਆ ਜੀ ਟਾਇਰਾਂ ਦਾ। ਬੈਕ ਸਾਈਡ ਤੋਂ ਵੀ ਤੁਸੀਂ ਚੈੱਕ ਕਰ ਸਕਦੇ ਹੋ ਜੀ ਟਰੈਕਟਰ, ਫਾਈਬਰ ਦੀ ਛੱਤਰੀ ਲੱਗੀ ਹੈ ਜੀ। ਦੇਖਦੇ ਹਾਂ ਮਾਡਲ ਰੇਟ, ਹਾਂਜੀ ਦੋਸਤੋ, ਜਿਹੜਾ ਇਹ ਪ੍ਰੀਤ ਟਰੈਕਟਰ ਹੈ ਜੀ, 3-speed ਟਰੈਕਟਰ ਹੈ ਜੀ ਇਹ, ਅਤੇ 2020 ਮਾਡਲ ਆ ਇਹ, ਅਤੇ 5,60,000 ਰੁਪਈਆ ਡਿਮਾਂਡ ਆ ਜੀ ਇਹ ਟਰੈਕਟਰ ਦੀ। ਦੋਸਤੋ ਅਗਲਾ ਟਰੈਕਟਰ ਆ ਗਿਆ 36 ਦੀ ਨਿਊ ਹੋਲੈਂਡ ਵਾਲਿਆਂ ਦਾ, BKD ਦੇ ਟਾਇਰ ਆ ਜੀ ਬੈਕ ਸਾਈਡ ਵਾਲੇ, 16-9-28 ਸਾਈਜ਼ ਆ ਜੀ। ਚਾਰੇ ਟਾਇਰ ਬਿਲਕੁਲ ਨਵੀਂ ਕੰਡੀਸ਼ਨ ਦੇ ਵਿੱਚ ਹੈ ਜੀ, ਸਾਫ਼ ਸੁਥਰੇ। 2010 ਮਾਡਲ ਆ ਜੀ, 4,45,000 ਰੁਪਈਆ ਡਿਮਾਂਡ ਹੈ ਜੀ। ਬਾਕੀ ਤੁਸੀਂ ਵੀਡੀਓ ਦੇ ਵਿੱਚ ਚੈੱਕ ਕਰ ਸਕਦੇ ਹਾਂ ਜੀ। ਹਾਂਜੀ ਦੋਸਤੋ, ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਜੇਕਰ ਤੁਸੀਂ ਸਾਡੇ ਚੈਨਲ 'ਤੇ ਪਹਿਲੀ ਵਾਰ ਆਏ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ, ਘੰਟੀ ਦਾ ਬਟਨ ਦਬਾ ਲਓ। ਆਉਣ ਵਾਲੀ ਕੋਈ ਵੀ ਵੀਡੀਓ ਅਸੀਂ ਪਾਈਏ ਤਾਂ ਉਹਦਾ ਨੋਟੀਫਿਕੇਸ਼ਨ ਤੁਹਾਡੇ ਕੋਲ ਸਾਰਿਆਂ ਨਾਲੋਂ ਪਹਿਲਾਂ ਆਵੇ। ਵੀਡੀਓ ਦੇਖਣ ਲਈ ਜੀ ਧੰਨਵਾਦ।